ਤੇ ਇਹਦੇ ਵਿੱਚ ਦੋ ਤਿੰਨ ਗੱਲਾਂ ਮੈਂ ਬਿਆਨ ਕਰਾਂਗਾ ਇੱਕ ਤਾਂ ਈਸੀਸੀ ਦਾ ਜਿਹੜਾ اجلاس ਹੋ ਰਿਹਾ ਨਾ ਉਸ اجلاس ਦੇ ਵਿੱਚ ਇਹਦੀ ਅਮਦਾਦੀ ਕੀਮਤ ਮਕਰਰ ਕਰਨ ਦਾ ਕੁਤਈਨ ਕਰ ਰਿਹਾ ਬਿਊਰੋਕ੍ਰੇਟ ਜਿਹੜੇ ਆ ਨਾ ਉਹਨਾਂ ਦਾ ਤੇ ਗਵਰਨਮੈਂਟ ਦੇ ਦਰਮਿਆਨ ਜਿਹੜੇ ਮਾਮਲੇ ਚ ਚੱਲ ਰਹੇ ਆ ਨਾ ਉਹ ਵੀ ਮੈਂ ਅੱਜ ਵੀਡੀਓ ਦੇ ਵਿੱਚ ਬਿਆਨ ਕਰਾਂਗਾ ਕੁਝ ਗੱਲਾਂ ਤਾਂ ਇਦਾਂ ਚੱਲ ਰਹੀਆਂ ਕਿ ਇਹਨੂੰ ਓਪਨ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਸਾਡੀ ਮੂੰਜੀ ਦੀ ਖਰੀਦ ਆ ਮੱਕਈ ਦੀ ਖਰੀਦ ਕਿ ਇਸ ਦਾ ਜਿਹੜਾ ਰੇਟ ਆ ਨਾ ਉਹ ਮਾਰਕੀਟ ਦੇ ਵਿੱਚ ਮقرਰ ਹੋਵੇ ਅਗਰ ਅਸੀਂ ਆਰਮੀ ਮਾਰਕੀਟ ਦਾ ਹਿਸਾਬ ਲਾਈਏ ਨਾ ਤੇ 3800 ਰੁਪਿਆ ਫੀ ਮੰਨਦਾ ਹਿਸਾਬ ਸਾਡੀ ਕਰੰਸੀ ਦੇ ਮੁਤਾਬਕ ਚੱਲਦਾ ਪਿਆ ਵਾ ਤੇ ਸਾਡੇ ਜਦੋਂ ਵੀ 27 2800 ਤੋਂ ਉੱਤੇ ਖਰੀਦੇ ਆ ਤੇ ਪਕੜ ਤੱਕੜ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਇੱਕ ਨਾ ਤਸ਼ਵੀਸ਼ ਦੀ ਲਹਿਰ ਦੌੜ ਰਹੀ ਆ ਕਿਸਾਨਾਂ 'ਚ ਵੀ ਆੜਤੀਆਂ 'ਚ ਵੀ ਵਪਾਰੀਆਂ 'ਚ ਵੀ ਤੇ ਬੜੀਆਂ ਨਾ ਇਹ ਸਾਰੇ ਬੰਦੇ ਤਜਬਜਬ ਦਾ ਸ਼ਿਕਾਰ ਆ ਕਿ ਵਕਤ ਆ ਗਿਆ ਵਾ ਹੁਣ ਜ਼ਿੰਮੇਦਾਰ ਜਿਹੜਾ ਵਾ ਉਹਨੂੰ ਫੈਸਲਾ ਕਰਨਾ ਮੁਸ਼ਕਲ ਹੋ ਗਿਆ ਕਿ ਆਇਆ ਅਸੀਂ ਗੰਧਮ ਲਾਈਏ ਜਾਂ ਨਾ ਲਾਈਏ ਜਾਂ ਸਿਰਫ ਅਸੀਂ ਘਰ ਵਾਸਤੇ ਲਾਈਏ ਤੇ ਤੁਸੀਂ ਵੀ ਕਮੈਂਟ ਸੈਕਸ਼ਨ ਤੇ ਵਿੱਚ ਨਾ ਜ਼ਰੂਰ ਆਪਣੀ رائے ਦਾ ਇਜ਼ਹਾਰ ਕਰਿਓ ਆਮ ਸਰਵੇ ਦੇ ਮੁਤਾਬਕ ਨਾ ਲੋਕਾਂ ਨੇ ਬਹੁਤ ਸਾਰੇ ਕੋਈ ਆਲੂ ਦੀ ਤਰਫ ਚਲਾ ਗਿਆ ਕੋਈ ਸਬਜ਼ੀ ਤਰਫ ਚਲਾ ਗਿਆ ਕੋਈ ਸਰੋਂ ਦੀ ਤਰਫ ਚਲਾ ਗਿਆ ਦੂਸਰੀਆਂ ਖਰਾਬਸ ਲਗਾ ਰਿਹਾ ਜਬ ਕਿ ਸਾਡੀ ਮੇਜਰ ਖਰਾਬਸ ਗੰਦਮ ਸੀ ਗੰਦਮ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਮਾਲਮੇਸ਼ੀ ਦੀ ਢੂੜੀ ਵੀ ਬਣਦੀ ਆ ਫਿਰ ਬਹੁਤ ਸਾਰੀ ਮਸਰੂਆਤ ਵੀ ਇਹਦੇ ਨਾਲ ਤਿਆਰ ਹੁੰਦੀ ਆ ਫਿਰ 24 ਘੰਟੇ ਇਨਸਾਨ ਦੀ ਵੀ ਇਹ ਖੁਰਾਕ ਆ ਤੇ ਗੱਲ ਕਰਨ ਦਾ ਮਕਸਦ ਇਹ ਆ ਕਿ ਜ਼ਿੰਮੇਦਾਰ ਭਾਈਆਂ ਨੂੰ ਇਹ ਬਾਵਰ ਕਰਾਉਣਾ ਚਾਹਨਾ ਵਾਂ ਮੈਂ ਕਿ ਗੰਦਮ ਤੁਸੀਂ ਇੱਕ ਇੱਕ ਮਮਿਸਾਲ ਦਿਨਾ ਜਿਹੜਾ ਬੰਦਾ ਕਿ 10 ਕਿੱਲੇ ਲਾਉਂਦਾ ਸੀ ਨਾ ਚਲੋ ਥੋੜੇ 2 ਕਿੱਲੇ ਘਟਾ ਲਵੇ 8 ਕਿੱਲੇ ਕਰ ਲਵੇ ਲੇਕਿਨ ਲੇਕਿਨ ਗੰਦਮ ਜਿਹੜੀ ਹੈ ਨਾ ਉਹ ਲਾਜ਼ਮੀ ਲਗਾਓ ਥੋੜੇ ਦਿਨਾਂ ਤੱਕ ਨਾ ਇਹਦਾ ਫੈਸਲਾ ਇਨਸ਼ਾਅੱਲਾ ਤਾਲਾ ਮਤਵਕੇ ਆ ਇਹਦੀ ਕੀਮਤ ਦਾ ਤਈਆਂ ਨੂੰ ਵੀ ਹੋ ਜਾਣਾ ਚਾਹੇ ਇਹ ਇਹਨੂੰ ਓਪਨ ਕਰਨ ਜਾਂ ਇਹਦੀ ਕੋਈ ਅਮਦਾਦੀ ਕੀਮਤ ਮਕਰਰ ਕਰਨ ਤੇ ਤੁਸੀਂ ਇਨਸ਼ਾਅੱਲਾ ਤਾਲਾ ਆਪਣੇ ਪੂਰੇ ਹੌਸਲਿਆਂ ਨਾਲ ਔਰ ਪੂਰੀ ਮਿਹਨਤ ਦੇ ਨਾਲ ਇਸ ਦੀ ਕਾਸ਼ਟ ਜਿਹੜੀ ਹੈ ਨਾ ਉਸ ਨੂੰ ਯਕੀਨੀ ਬਣਾਓ